ਨੌਕਰੀ ਮਿਲਦੀ ਨਹੀਂ। ਮੈਨੂੰ ਕਹਿੰਦੀ ਬਾਹਰ ਚਲੇ ਜਾਓ, ਮੈਂ ਕਿਹਾ ਜੈਂਟ ਪੈਸੇ ਲੈ ਕੇ ਭੱਜ ਜਾਂਦੇ ਆ। ਕਹਿੰਦੇ ਫਿਰ ਕੰਮ ਕੀ ਕਰੋਗੇ? ਮੈਂ ਕਿਹਾ ਜੱਟਾਂ ਦੇ ਪੁੱਤਾਂ ਦਾ ਕੀ ਕੰਮ ਹੁੰਦਾ, ਖੇਤਾਂ 'ਚ ਹਲ ਵਾਹਵਾਂਗੇ ਅਤੇ ਸਾਰੀ ਜੱਟਾਂ ਨੂੰ ਜਿੰਨਾ ਵੀ ਅਨਾਜ ਇਕੱਠਾ ਕਰਕੇ ਖਵਾਵਾਂਗੇ। ਮੇਰੇ ਨਾਲ ਮੇਰੀ ਸਾਥੀ ਕਲਾਕਾਰ ਬੀਬਾ ਕਿਰਨ ਰੰਧਾਵਾ ਜੀ, ਹਾਂਜੀ ਆਓ ਜੀ ਹਲਕੇ ਜੀ। ਲੱਗਣਾ ਯਾਰਾਂ ਨੇ ਕਿਹੜਾ ਪੜ ਕੇ, ਨੀ ਵੇਲੇ ਫਿਰਨਾ ਯਾਰਾਂ ਨੇ ਬੀਏ ਕਰਕੇ। ਸੀ ਲੱਗਣਾ ਯਾਰਾਂ ਨੇ ਕਿਹੜਾ ਪੜ ਕੇ, ਨੀ ਵੇਲੇ ਫਿਰਨਾ ਯਾਰਾਂ ਨੇ ਬੀਏ ਕਰਕੇ। ਨੀ ਵਕਤ ਟਪਾਉਣਾ ਬੱਲੀਏ, ਹੁੰਦੀ ਜੱਟਾਂ ਦੇ ਜੱਟਾਂ ਦੇ, ਹੁੰਦੀ ਜੱਟਾਂ ਦੇ ਜੱਟਾਂ ਦੇ, ਹੁੰਦੀ ਜੱਟਾਂ ਦੇ ਪਤਾ ਨੀ ਉਹ ਨੌਕਰੀ ਖੇਤਾਂ ਚ ਹਾਲੇ ਹੋਣਾ ਬੱਲੀਏ। ਉਹ ਹੁੰਦੀ ਜੱਟਾਂ ਦੇ ਪਤਾ ਨੀ ਉਹ ਨੌਕਰੀ ਖੇਤਾਂ ਚ ਹਾਲੇ ਹੋਣਾ ਬੱਲੀਏ। ਚੰਗੀ ਜਿਹੀ ਨੌਕਰੀ ਤੋਂ ਭਾਲਣੀ ਹੁੰਦੀ, ਨਰਸਾਂ ਦੀ ਨੇ ਤਹਾੜ ਤਾਲਣੀ। ਬਾਬਾ ਜੀ ਦੇ ਨਾਂ ਤੇ ਬਹੁਤ ਸਾਰਾ ਆਸ਼ੀਰਵਾਦ ਭੈਣ ਜੀ ਹੁਣੀ ਦੇ ਕੇ ਗਏ ਨੇ, ਔਰ ਬਾਬਾ ਜੀ ਚੜ੍ਹਦੀ ਕਲਾ 'ਤੇ ਰੱਖੇ, ਔਰ ਸੇਵਾਦਾਰ ਬਾਬਾ ਜੀ ਦੇ ਹੁਣਾਂ ਦੇ ਬਹੁਤ ਸਾਰਾ ਆਸ਼ੀਰਵਾਦ। ਮਿਹਰਬਾਨੀ ਭੈਣ ਜੀ, ਜੇ ਤੂੰ ਲੱਗ ਗਈ ਨਰਸ ਪੰਗੇ ਪਹਿਣ ਕੇ, ਨੀ ਬਿਨਾਂ ਦੁੱਖ ਤੋਂ ਮਰੀਜ਼ ਤੁਰੇ ਰਹਿਣਗੇ। ਜੇ ਤੂੰ ਲੱਗ ਗਈ ਨਰਸ ਪੰਗੇ ਪਹਿਣ ਗਏ, ਨੀ ਬਿਨਾਂ ਦੁੱਖ ਤੋਂ ਮਰੀਜ਼ ਤੁਰੇ ਰਹਿਣਗੇ। ਲੱਭ ਮਾਰੀ ਦਾ ਬਹਾਨਾ ਚੁੱਕ ਲੈਣਗੇ, ਨੀ ਬਹਿ ਕੇ ਪਛਤਾਉਣਾ ਬੰਦੀਏ। ਹੁੰਦੀ ਜੱਟਾਂ ਦੇ ਜੱਟਾਂ ਦੇ, ਹੁੰਦੀ ਜੱਟਾਂ ਦੇ ਜੱਟਾਂ ਦੇ, ਹੁੰਦੀ ਜੱਟਾਂ ਦੇ ਪੁੱਤਾਂ ਦੀ ਇਹੋ ਨੌਕਰੀ ਖੇਤਾਂ 'ਚ ਹਾਲੇ ਹੋਣਾ ਬੰਦੀਏ। ਹੁੰਦੀ ਜੱਟਾਂ ਦੇ ਪੁੱਤਾਂ ਦੀ ਇਹੋ ਨੌਕਰੀ ਖੇਤਾਂ 'ਚ ਹਾਲੇ ਹੋਣਾ ਬੰਦੀਏ। ਸਾਡੇ ਬਾਬਾ ਜੀ ਹੁਣੀ ਬਹੁਤ ਸਾਰਾ ਆਸ਼ੀਰਵਾਦ ਦੇ ਕੇ ਗਏ ਨੇ, ਮਿਹਰਬਾਨੀ ਜੀ ਬਾਬਾ ਜੀ। ਛੱਡ ਕਿਹੜੀਆਂ ਗੱਲਾਂ ਦੇ ਪਿੱਛੇ ਪੈ ਗਿਆ, ਕੱਲ ਹੱਸ ਕੇ ਜਵਾਨ ਵਿੱਚੋਂ ਕਹਿ ਗਿਆ।
ਨਾ ਚੰਗੀ ਜਿਹੀ ਨੌਕਰੀ ਤੋਂ ਭਾਲਣੀ ਹੁੰਦੇ ਨਰਸਾਂ ਦੀ ਨੇ ਤੜ ਤਾਲਣੀ ਬਿੱਲਾ ਚੰਗੀ ਜਿਹੀ ਨੌਕਰੀ ਤੋਂ ਭਾਲਣੀ ਹੁੰਦੇ ਨਰਸਾਂ ਦੀ ਨੇ ਤੜ ਤਾਲਣੀ ਤੈਨੂੰ ਆਖਦਾ ਸ਼ਮੀ ਤੇਰਾ ਯਾਰ ਨੀ ਤੂੰ ਬਹਿ ਕੇ ਪਛਤਾਉਣਾ ਬੰਦੀਏ ਮੁੰਡੀ ਚੱਕਾ